ਸ਼ਹੀਦ ਸ਼ੁਭਕਰਨ ਸਿੰਘ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਨ ਆਏ ਗੁਰੂ ਰੂਪ ਖਾਲਸਾ ਜੀ, ਸਭ ਤੋਂ ਪਹਿਲਾਂ ਦਾਸ ਵੱਲੋਂ ਅਤੇ ਜਿਹਦਾ ਜਗਤਾਰ ਸਿੰਘ ਹਵਾਰਾ ਵੱਲੋਂ ਬਲਾਈ ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਰੂ ਨਾ ਛਾੜੇ ਖੇਤ। ਸੋ ਸਾਡੇ ਕਿਸਾਨੀ ਅਤੇ ਮਜ਼ਦੂਰ ਸੰਘਰਸ਼ ਲਈ ਉਹ ਸ਼ਹੀਦ ਸ਼ੁਭਕਰਨ ਸਿੰਘ ਜਿਹੜਾ ਕਿਸਾਨਾਂ ਵੱਲੋਂ ਅਤੇ ਮਜ਼ਦੂਰਾਂ ਵੱਲੋਂ ਸਾਧਮਈ ਤਰੀਕੇ ਨਾਲ ਆਪਣੇ ਹੱਕਾਂ ਲਈ ਲੜਿਆ ਜਾ ਰਿਹਾ ਸੀ, ਉਸ 'ਤੇ ਜਿਸ ਤਰ੍ਹਾਂ ਇੱਕ ਸਰਕਾਰਾਂ ਨੇ ਜੁਰਮ ਢਾਇਆ, ਉਹਨਾਂ 'ਤੇ ਤਸ਼ੱਦਦ ਕੀਤਾ ਅਤੇ ਸਾਡੇ ਉਹ ਨੌਜਵਾਨ ਨੂੰ ਸ਼ਹੀਦ ਕੀਤਾ, ਬੜੀ ਨਿੰਦਣਯੋਗ ਗੱਲ ਹੈ। ਸੋ ਜਿਹੜਾ ਇਹ ਡੈਮੋਕ੍ਰੇਸੀ ਦਾ ਇਹਨਾਂ ਦਾ ਬੁਰਕਾ ਉਹ ਨੰਗਾ ਹੋ ਰਿਹਾ। ਸੋ ਉਸ ਜਿਹੜਾ ਇਸ ਸੰਘਰਸ਼ ਹੈ, ਸਾਡੇ ਜਿਹੜੇ ਆਗੂ ਹੈ ਬਹੁਤ ਸੂਝਵਾਨ ਹੈ। ਅੱਜ ਮੈਂ ਜਹਦਾ ਜਗਤਾਰ ਸਿੰਘ ਹਵਾਰਾ ਦਾ ਸੁਨੇਹਾ ਦੇਣ ਲਈ ਪਹੁੰਚਿਆ, ਖਾਸ ਕਰਕੇ ਨੌਜਵਾਨਾਂ ਨੂੰ, ਕਿ ਪੂਰਾ ਹੋਸ਼ ਅਤੇ ਜੋਸ਼ 'ਚ ਰਹਿ ਕੇ, ਕਿਉਂਕਿ ਕੋਈ ਵੀ ਸੰਘਰਸ਼ ਹੈ ਉਹ ਨੌਜਵਾਨਾਂ ਦੇ ਮੋਢਿਆਂ 'ਤੇ ਹੀ ਲੜਿਆ ਜਾਣਾ। ਸੋ ਆਪਣੇ ਆਗੂਆਂ ਦਾ ਹੁਕਮ ਮੰਨਦੇ ਹੋਏ ਉਹ ਉਸ ਸੰਘਰਸ਼ ਦਾ ਹਿੱਸਾ ਬਣਨ, ਅਤੇ ਉਹ ਜਥੇਬੰਦੀਆਂ ਸਾਡੇ ਪੁਰਾਣੇ ਇਤਿਹਾਸ ਤੋਂ ਸਿੱਖਿਆ ਲੈ ਕੇ, ਜਿਸ ਤਰ੍ਹਾਂ ਸਿੱਖ ਮਿਸਲਾਂ ਬਿਪਤਾ ਦੇ ਸਮੇਂ, ਕੋਈ ਜੰਗ ਦੇ ਸਮੇਂ ਇਕੱਠੀਆਂ ਹੋ ਜਾਂਦੀਆਂ ਸੀ, ਸੋ ਜਿਹੜਾ ਅਜੇ ਤੱਕ ਜਥੇਬੰਦੀਆਂ ਇਸ ਸੰਘਰਸ਼ ਦਾ ਹਿੱਸਾ ਨਹੀਂ ਬਣੀਆਂ, ਉਹ ਜ਼ਰੂਰ ਸ਼ਾਮਲ ਹੋਣ, ਕਿਉਂਕਿ ਇਹ ਮੌਕਾ ਹੈ, ਕਿਉਂਕਿ ਹੱਕਾਂ ਲਈ ਲੜਿਆ ਜਾ ਰਿਹਾ ਸੰਘਰਸ਼ ਹੈ। ਸੋ ਅੱਜ ਜਿਹੜਾ ਇਹ ਸੰਘਰਸ਼ ਚੱਲ ਰਿਹਾ, ਇਸਦੀ ਵਿਦੇਸ਼ਾਂ ਵਿੱਚ ਵੱਡੀ ਸਪੋਰਟ ਹੋ ਰਹੀ ਹੈ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ USA ਵੱਲੋਂ ਇਸ ਸੰਘਰਸ਼ ਦੀ ਪੂਰੀ ਹਮਾਇਤ ਹੈ। ਉੱਥੇ ਅੰਬੈਸੀਆਂ ਦੇ ਅੱਗੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹੈ ਅਤੇ ਵੱਡੇ ਵੱਡੇ ਇਕੱਠ ਕੀਤੇ ਜਾ ਰਹੇ ਹੈ। ਵੱਖ ਵੱਖ ਦੇਸ਼ਾਂ ਦੀ ਪਾਰਲੀਮੈਂਟ ਵਿੱਚ ਇਸ ਸੰਘਰਸ਼ ਦੀ ਹਮਾਇਤ ਹੋ ਰਹੀ ਹੈ। ਸੋ ਉਸ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਉਹਦੇ ਮੁੱਖ ਸੇਵਾਦਾਰ ਭਾਈ ਹਿੰਮਤ ਸਿੰਘ ਜੀ, ਡਾਕਟਰ ਪ੍ਰਿਤਪਾਲ ਸਿੰਘ ਜੀ, ਯੁਵਰਾਜ ਸਿੰਘ ਜੀ, ਰਵਿੰਦਰ ਸਿੰਘ ਜੀ ਪ੍ਰਧਾਨ ਗਾਂਧੀ ਬਾਬੇ ਗੁਰਦੁਆਰਾ, ਸੋ ਉਹਨਾਂ ਵੱਲੋਂ ਇੱਥੇ ਇਹਨਾਂ ਪਰਿਵਾਰਾਂ ਦੀ, ਜਿਹੜੇ ਵੀ ਭਾਵੇਂ ਇਸ ਸੰਘਰਸ਼ 'ਚ ਜ਼ਖਮੀ ਹੋਏ ਹੈ ਜਾਂ ਉਹ ਸ਼ਹੀਦ ਹੋ ਗਏ ਚੜ੍ਹਾਈ ਕਰਕੇ, ਉਹਨਾਂ ਲਈ ਮਾਲੀ ਸਹਾਇਤਾ ਭੇਜੀ ਜਾ ਰਹੀ ਹੈ। ਹੁਣ ਤੋਂ ਪਹਿਲਾਂ 7 ਪਰਿਵਾਰਾਂ ਨੂੰ ਦਾਸ ਉਹਨਾਂ ਕੋਲ ਜਾ ਕੇ ਸਨਮਾਨਿਤ ਕਰ ਚੁੱਕਿਆ, ਜਿਹਨਾਂ ਦੇ ਭੋਗਾਂ 'ਤੇ ਜਾਂ ਜੋ ਜ਼ਖਮੀ ਹੈ, ਜਿਸ ਤਰ੍ਹਾਂ ਪ੍ਰਿਤਪਾਲ ਸਿੰਘ ਜੀ ਹੈ, ਉਸ 'ਤੇ ਬਹੁਤ ਵੱਡਾ ਤਸ਼ੱਦਦ ਹੋਇਆ, ਨੌਜਵਾਨ ਹੈ, ਉਹ PGI ਦੇ ਰਿਹਾ ਇਲਾਜ ਹੈ, ਪਰਸੋਂ ਜਾ ਕੇ ਉਹਨੂੰ ਮਿਲ ਕੇ ਆਇਆ, ਉਸ ਪਰਿਵਾਰ ਦੀ ਮਦਦ ਕਰਕੇ ਆਇਆ। ਸੋ ਮੇਰੀ ਬੇਨਤੀ ਹੈ ਕਿ ਉਹਨਾਂ ਪਰਿਵਾਰਾਂ ਦੀ, ਅੱਜ ਦੋ ਪਰਿਵਾਰ, ਇੱਕ ਦਾ ਸ਼ੁਭਕਰਨ ਸਿੰਘ ਦਾ ਪਰਿਵਾਰ, ਉਹਨੂੰ ਸਨਮਾਨਿਤ ਕਰਨਾ, ਦੂਜਾ ਇੱਕ ਸਾਡਾ ਨੌਜਵਾਨ ਕਿਸਾਨ ਜਿਹੜਾ 24 ਤਰੀਕ ਨੂੰ ਸ਼ੰਭੂ ਬਾਰਡਰ 'ਤੇ ਆ ਰਿਹਾ ਸੀ ਟਰਾਲੀ ਲੈ ਕੇ, ਰਾਜਪੁਰੇ ਦੇ ਨੇੜੇ ਸਰੈਂ ਨਜ਼ਾਰੇ, ਉਹਨੂੰ ਟੱਕਰ ਮਾਰ ਕੇ ਸ਼ਹੀਦ ਕਰਤਿਆ। ਸੋ ਉਹਦਾ ਪਰਿਵਾਰ ਗਰੀਬ ਪਰਿਵਾਰ ਹੈ, ਉਹਨੂੰ ਜੱਸਾ ਸਿੰਘ ਜੀ ਲੈ ਕੇ ਆਏ ਹੈ। ਸੋ ਮੇਰੀ ਬੇਨਤੀ ਹੈ ਦੋਵੇਂ ਪਰਿਵਾਰ ਆਉਣ,
ਉਹਨਾਂ ਨੂੰ ਅਸੀਂ 1-1 ਲੱਖ ਰੁਪਈਏ ਦੀ ਮਾਲੀ ਸ਼ਰਤ ਦੇ ਕੇ ਸਨਮਾਨਿਤ ਕਰਨਾ ਜੋ ਫਰਜ਼ ਬਣਦਾ। ਸੋ ਜਿੱਥੇ ਮੈਂ ਉਹਨਾਂ ਪਰਿਵਾਰਾਂ ਨੂੰ ਸਨਮਾਨਿਤ ਕਰ ਰਿਹਾ ਉੱਥੇ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇਸ ਸੰਘਰਸ਼ ਨਾਲ ਪੂਰੀ ਹਮਦਰਦੀ ਜ਼ਾਹਰ ਕਰ ਰਹੇ ਹੈ। ਜਹਿਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਇਸ ਪਰਿਵਾਰ ਨਾਲ ਪੂਰੀ ਹਮਦਰਦੀ ਹੈ, ਸੰਘਰਸ਼ ਨਾਲ ਪੂਰੀ ਹਮਦਰਦੀ ਹੈ ਉਹਨਾਂ ਦੀ। ਉਹ ਡਟ ਕੇ ਇਹਦਾ ਸਾਥ ਦੇ ਰਹੇ ਹੈ। ਸੋ ਉਹਨਾਂ ਪਰਿਵਾਰਾਂ ਨੂੰ ਬੇਨਤੀ ਆਪਣਾ ਸਨਮਾਨ ਲੈਣ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।